ਅਸ਼ਕਾਲ ਅਦਾਬ ਨਮਸਕਾਰ ਪੰਜਾਬੀ ਡਾਕ ਦੇ ਵਿੱਚ ਤੁਹਾਡਾ ਸਭ ਦਾ ਮੈਂ ਜੇ ਬਿਲਾ ਸਵਾਗਤ ਕਰਦਾ ਹਾਂ। ਨੀਰੂ ਬਾਜਵਾ ਬੂਹੇਬਾਰੀਆਂ ਕੇਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਹੋਏ। ਜੀ ਹਾਂ ਦੋਸਤੋ, ਪੂਰਾ ਮਾਮਲਾ ਜੇਕਰ ਤੁਹਾਨੂੰ ਦੱਸੀਏ ਤਾਂ ਬਾਲਮੀਕਿ ਭਾਈਚਾਰਾ ਦੇ ਦੁਆਰਾ ਫਿਲਮ ਦੇ ਅਦਾਕਾਰ ਨੀਰੂ ਬਾਜਵਾ ਦੇ ਨਿਰਦੇਸ਼ਕ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਨੇ ਫਿਲਮ ਦੇ ਵਿੱਚ ਕੁਝ ਆਪੱਤੀਜਨਕ ਜਿਹੜੇ ਸ਼ਬਦ ਨੇ ਬਾਲਮੀਕਿ ਭਾਈਚਾਰੇ ਨੂੰ ਲੈ ਕੇ ਬੋਲੇ ਗਏ ਸੀ, ਤਾਂ ਬਾਲਮੀਕਿ ਭਾਈਚਾਰਿਆਂ ਨੂੰ ਇਸੇ ਚੀਜ਼ ਨੂੰ ਲੈ ਕੇ ਉਹਨਾਂ ਦੇ ਉੱਤੇ ਇੱਕ ਕੇਸ ਦਰਜ ਕਰਵਾਇਆ ਗਿਆ। ਇਸੇ ਚੀਜ਼ ਨੂੰ ਲੈ ਕੇ ਨੀਰੂ ਬਾਜਵਾ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਹੋਏ। ਨੀਰੂ ਬਾਜਵਾ ਨੇ ਹਾਲਾਂਕਿ ਮੀਡੀਆ ਦੇ ਨਾਲ ਗੱਲਬਾਤ ਤੇ ਨਹੀਂ ਕੀਤੀ, ਪਰ ਲੇਖਕ ਨੇ ਗੱਲਬਾਤ ਕੀਤੀ। ਆਓ ਸੁਣਦੇ ਹਾਂ ਲੇਖਕ ਨੇ ਕੀ ਕਿਹਾ। ਮੇਰਾ ਨਾਮ ਜਗਦੀਪ ਵੜਿੰਗ ਹੈ ਜੀ, ਬੂਹੇਬਾਰੀਆਂ ਫਿਲਮ ਲਿਖੀ ਹੈ ਜੀ ਮੈਂ। ਅੱਜ ਕਿੱਥੇ ਪਹੁੰਚੇ ਤੁਸੀਂ? ਅੱਜ ਅੰਮ੍ਰਿਤਸਰ ਕੋਰਟ 'ਚ ਆਏ ਹਾਂ ਜੀ ਅਸੀਂ। ਸਾਡੀ ਬੂਹੇਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ, ਉਹਦੇ ਬਾਰੇ ਆਏ ਹਾਂ ਅੱਜ, ਅਤੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ। ਉਹ 'ਚ ਕੁਛ ਸ਼ਬਦਾਂ 'ਤੇ ਆਪੱਤੀ ਸੀ ਜੀ ਲੋਕਾਂ ਨੂੰ, ਕੁਛ ਲੋਕਾਂ ਨੂੰ, ਅਤੇ ਉਹ ਅਸੀਂ ਉਹਨਾਂ ਤੋਂ ਮਾਫ਼ੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ 'ਤੇ, ਅਤੇ ਨਤਮਸਤਕ ਵੀ ਹੋ ਗਿਆ ਜੀ। ਅਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫ਼ੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫਿਲਮ ਦਾ ਮਕਸਦ ਨਹੀਂ ਹੁੰਦਾ, ਨਾ ਸਾਡੇ ਮਕਸਦ ਸੀਗਾ, ਅਤੇ ਜੇ ਉਹ ਉਹਨਾਂ ਨੇ ਅਸੀਂ ਹੱਥ ਜੋੜ ਕੇ ਮਾਫ਼ੀ ਮੰਗੀ ਹੈ ਅਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ਼ ਕੀਤਾ ਜੀ। ਇਹੀ ਤਾਂ ਸਾਡਾ ਸਮਾਜ, ਇਹੀ ਤਾਂ ਸਾਡਾ ਪੰਜਾਬ ਹੈ। ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਰਹਿਣਾ, ਆਪਣਾ ਆਪਣਾ ਮਾਫ਼ੀ ਆਪਾਂ ਮੰਗੀ ਜੀ ਉਸ ਚੀਜ਼ ਦੀ, ਅਤੇ ਕੋਰਟ ਨੇ ਬੜਾ ਸਤਿਕਾਰ ਜੋ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਹਜੇ ਫੈਸਲਾ ਆਇਆ ਨਹੀਂ, ਹਾਂਜੀ ਹੋਰ ਥੋੜੇ ਟਾਈਮ 'ਚ 10-15-20 ਮਿੰਟ 'ਚ ਪਤਾ ਲੱਗ ਜੂਗਾ ਜੀ। ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ 'ਤੇ ਵੀ ਮੰਗੀ ਹੈ ਜੀ, ਤੁਸੀਂ ਦੇਖਿਆ ਹੋਣਾ ਸਾਰਿਆਂ ਨੇ। ਹਾਂਜੀ 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 ਉਹ ਵੀ ਆਏ ਸਰ, ਪਰ ਕੁਝ ਸਮਾਜ ਦੇ ਬੰਦੇ ਕਹਿੰਦੇ ਵੀ ਰਾਮ ਤੀਰਥ ਮੰਦਿਰ ਜਾ ਕੇ ਫੇਰ ਹੀ ਮਾਫੀ ਆਪਾਂ ਕਬੂਲ ਮੰਗ ਲਈ ਜੀ, ਮੰਗ ਲਈ ਕਬੂਲ ਕਰ ਲਈ ਜੀ, ਉੱਥੇ ਮੱਥਾ ਟੇਕ ਕੇ ਆਏ ਸਪੈਸ਼ਲਿਸਟ ਉੱਥੇ ਜਾ ਕੇ ਮੰਗ। ਨੀਰੂ ਬਾਜਵਾ ਆਈ ਸੀ ਡਾਕਟਰ ਬੂਹੇ ਬਾਰੀਆਂ ਦੇ ਸਮਾਂ ਫਿਲਮ ਦੇ, ਅੱਗੋਂ ਬਿਆਨ ਅੰਦਰ ਹੋਏ ਨੇ, ਕਿਹੜੀ ਤਰੀਕ ਮਿਲੀ ਇਹ ਸਾਨੂੰ ਕੁਛ। ਫਿਲਮ ਦੇ ਲੇਖਕ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਉਹ ਸਾਰੇ ਭਾਈਚਾਰੇ ਤੋਂ ਮਾਫ਼ੀ ਮੰਗ ਲਈ ਗਈ ਸੀ। ਫਿਲਮ ਦੀ ਟੀਮ, ਪੂਰੀ ਟੀਮ ਨੇ ਪੂਰੇ ਭਾਈਚਾਰੇ ਦੇ ਵੱਲੋਂ ਮਾਫ਼ੀ ਮੰਗ ਲਈ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ, ਅਤੇ ਅੱਜ ਵੀ ਉਹ ਕੋਰਟ ਦੇ ਵਿੱਚ ਆ ਕੇ ਇੱਕੋ ਗੱਲ ਕਹਿ ਰਹੇ ਸੀ ਵੀ ਸਾਨੂੰ ਮਾਫ਼ ਕਰ ਦਿਉ, ਜਿੱਦਾਂ ਲੇਖਕ ਨੇ ਦੱਸਿਆ। ਹੁਣ ਅੱਗੇ ਦੇਖਣਾ ਹੋਵੇਗਾ ਕਿ ਇਸ ਕੇਸ ਦਾ ਕੀ ਬਣਦਾ ਹੈ, ਕੀ ਸਿੱਟਾ ਨਿਕਲਦਾ ਹੈ। ਤੁਸੀਂ ਦੇਖਦੇ ਰਹੋ ਪੰਜਾਬੀ ਡਾਕ। ਧੰਨਵਾਦ, ਸਤਿ ਸ਼੍ਰੀ ਅਕਾਲ, ਸ਼ਬ ਅਖੈਰ।